Oh, ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮਉਂਦ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ 6 ਸਤੰਬਰ ਦਿਨ ਮੰਗਲਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼ ਅਮਰੀਕਾ ਦੀਆਂ ਨਿਊਜ਼ ਮੌਸਮ ਦੇ ਬਾਰੇ ਜਾਣਕਾਰੀ ਇਕਨੋਮੀ ਦੀ ਜਾਣਕਾਰੀ ਵਕ ਵਕ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਜ਼ ਦਾ ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ ਅੱਜ ਦੀਆਂ ਖਬਰਾਂ ਦੇ ਸਪਾਂਸਰਜ਼ ਹਨ ਖਾਲਸਾ ਇੰ ਐਂਸੀ ਵਾਲੇ ਸੈਨ ਹੋਜ਼ੇ ਤੋਂ ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ ਇਸ ਦੇ ਨਾਲ ਨਾਲ ਸੰਤੋਖ ਸਿੰਘ 바ਸੀ ਪਰਮਜੀਤ ਕੌਰ ਜੀ 바ਸੀ ਫਰੀਮਾਉਂਟ ਤੋਂ ਮਨਜੀਤ ਸਿੰਘ ਨਰਿੰਦਰ ਕੌਰ ਕਲਾਰਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ ਯੂਐਸਏ ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabireadiousa.com ਤੇ ਸਭ ਤੋਂ ਪਹਿਲਾਂ ਚੌਥੀਆਂ ਖਬਰਾਂ ਲਾਜ਼ ਦੇ ਵਿੱਚ 80 ਮਿਲੀਅਨ ਤੋਂ ਵੀ ਜ਼ਿਆਦਾ ਅਨਫਟੇ ਬੰਬ ਮੌਜੂਦ ਬ੍ਰਿਟੇਨ ਦੇ ਵਿੱਚ ਆਈਸੀਐਸ ਦੀ ਸਪੋਰਟ ਕਰਨ ਵਾਲੇ ਅੰਜਮ ਚੌਧਰੀ ਨੂੰ ਹੋਈ ਜੇਲ ਫੌਕਸ ਨਿਊਜ਼ ਨੇ ਸੈਕਸੂਅਲ ਹਰਾਸਮੈਂਟ ਕੇਸ ਦੇ ਵਿੱਚ 20 ਮਿਲੀਅਨ ਡਾਲਰ ਚ ਸੈਟਲ ਕੀਤਾ ਨਾਰਥ ਡਕੋਟਾ ਦੇ ਵਿੱਚ ਪਾਈਪਲਾਈਨ ਕੰਪਨੀ ਨੇ ਸ਼ੁੱਕਰਵਾਰ ਤੱਕ ਕੰਮ ਰੋਕਿਆ 88 ਸਾਬਕਾ ਮਿਲਟਰੀ ਲੀਡਰਜ਼ ਨੇ ਡੋਨਲਡ 트੍ਰੰਪ ਦੇ ਹੱਕ ਦੇ ਵਿੱਚ ਲੈਟਰ ਸਾਈਨ ਕੀਤੀ ਅਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਮੈਟਰੋ ਲਿੰਕ ਟ੍ਰੇਨ ਇੱਕ ਵਾਹਨ ਦੇ ਵਿੱਚ ਅਜਾਟ ਕਰਾਈ ਜਿਸ ਦੇ ਵਿੱਚ 21 ਲੋਕ ਜਖਮੀ ਹੋ ਗਈ ਹੁਣ ਖਬਰਾਂ ਵਿਸਤਾਰ ਦੇ ਨਾਲ राष्ट्रपति बराक ओबामा ने लाओस ਦੇ ਉੱਤੇ 80 ਮਿਲੀਅਨ ਤੋਂ ਵੀ ਜ਼ਿਆਦਾ ਅਨਐਕਸਪਲੋਡਡ ਬੰਬਸ ਨੂੰ ਕਲੀਅਰ ਕਰਨ ਦੇ ਲਈ ਮਦਦ ਦੀ ਪੇਸ਼ਕਸ਼ ਕੀਤੀ ਹੈ ਅਜ ਤੋ तकरीबन 50 ਸਾਲ ਪਹਿਲਾਂ ਅਮਰੀਕਾ ਨੇ लाओस ਨੂੰ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਬੰਬ ਸਟਕੇ ਬੰਬਾਰਡ ਕੀਤਾ ਸੀ लाओस ਦੀ ਪਾਪੂਲੇਸ਼ਨ 7 ਮਿਲੀਅਨ ਹੈ ਅਤੇ ਉੱਥੇ 80 ਮਿਲੀਅਨ ਤੋਂ ਵੀ ਜ਼ਿਆਦਾ ਅਨਫਟੇ ਬੰਬ ਹਨ ਸੋ ਇੱਕ ਵਿਅਕਤੀ ਦੇ ਮਗਰ तकरीबन 10 ਬੰਬ ਉਸ ਦੇਸ਼ ਦੇ ਵਿੱਚ ਮੌਜੂਦ ਹਨ ਵੇਟਨਾਮ ਵਾਰ ਦੇ ਦੌਰਾਨ ਯੂਐਸ ਨੇ ਇਹ ਬੰਬਾਰਡਿੰਗ ਕੀਤੀ ਸੀ ਰਾਸ਼ਟਰਪਤੀ ਬਰਾਕੋ ਬਾਮਾ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਬਣੇ ਜੋ ਕਿ ਆਫਿਸ ਦੇ ਵਿੱਚ ਰਹਿੰਦੇ ਹੋਏ ਲਾਸ ਦੇ ਵਿੱਚ ਗਏ ਅਤੇ ਉੱਥੇ ਉਹਨਾਂ ਨੇ ਦੇਖਿਆ ਕਿ ਕਿਸ ਤਰ੍ਹਾਂ ਉਸ ਵਾਰ ਦੌਰਾਨ ਲਾਸ ਦੇ ਨਾਗਰਿਕਾਂ ਦੇ ਲਈ ਅਮਰੀਕਾ ਨੇ ਇੱਕ ਦਰਦਨਾਕ ਹਿਸਟਰੀ ਛੱਡੀ ਰਾਸ਼ਟਰਪਤੀ ਬਰਾਕੋ ਬਾਮਾ ਨੇ ਕਿਹਾ ਕਿ ਉਹ ਲਾਓਸ ਦੇ ਵਿੱਚ ਅਬੰਬ ਕਲੀਅਰ ਕਰਨ ਦੇ ਲਈ ਆਪਣੇ ਖਰਚੇ ਨੂੰ ਹੋਰ ਵਧਾਏਗਾ ਅਤੇ ਤਿੰਨ ਸਾਲਾਂ ਦੇ ਅੰਦਰ-ਅੰਦਰ ਇਸ ਬਜਟ ਨੂੰ 90 ਮਿਲੀਅਨ ਡਾਲਰ ਦਾ ਕਰੇਗਾ। ਰਾਸ਼ਟਰਪਤੀ ਬਰਾਕੋ ਬਾਮਾ ਇੱਥੇ ਕਿਸੇ ਵੀ ਪ੍ਰਕਾਰ ਦੀ ਕੋਈ ਮਾਫੀ ਨਹੀਂ ਮੰਗ ਕੇ ਗਏ ਪਰ ਉਹਨਾਂ ਨੇ ਕਿਹਾ ਕਿ ਜੋ ਵੀ ਕਾਰਨ ਸੀ ਇਸ ਵਾਰ ਦਾ ਇਸ ਦੇ ਦੌਰਾਨ નિર્ਦੋਸ਼ ਲੋਕਾਂ ਦੀਆਂ ਜਾਨਾਂ ਗਈਆਂ। ਬ੍ਰਿਟੇਨ ਦੇ ਵਿੱਚ ਨਫ਼ਰਤ ਭਰੀਆਂ ਸਪੀਚਾਂ ਦੇਣ ਵਾਲਾ ਅੰਜਮ ਚੌਧਰੀ ਜੋ ਕਿ 911 ਦੀ ਐਨੀਵਰਸਰੀ ਮੌਕੇ ਦੇ ਉੱਤੇ ਉਸਨੇ ਯੂਐਸ ਐਮਬੈਸੀ ਦੇ ਬਾਹਰ ਯੂਐਸ ਦਾ ਝੰਡਾ ਸਾੜਿਆ ਸੀ ਅਤੇ ਜਿਹਾਦ ਦੇ ਲਈ ਆਪਣੀ ਆਵਾਜ਼ ਚੱਕੀ ਸੀ ਉਸ ਨੂੰ 5 ਸਾਲ ਅਤੇ 6 ਮਹੀਨੇ ਦੀ ਸਜ਼ਾ ਲੰਡਨ ਦੇ ਵਿੱਚ ਓਲਡ ਬੇਲੇਕੋਟ ਦੁਆਰਾ ਸੁناਈ ਗਈ ਹੈ ਜਦੋਂ ਉਸ ਨੂੰ ਜੇਲ੍ਹ ਦੇ ਵਿੱਚ ਲਜਾਇਆ ਜਾ ਰਿਹਾ ਸੀ ਤਾਂ ਉਸ ਦੇ ਸਮਰਥਕ ਅੱਲਾਹੁ ਅਕਬਰ ਦਾ ਨਾਰਾ ਲਾਰੇ ਸਨ ਚੌਧਰੀ ਦੇ ਕੋ ਡਿਫੈਂਡੈਂਟ ਮੁਹੰਮਦ ਮਿਜ਼ਨੂਰ ਰਹਿਮਾਨ ਜਿਸ ਦੀ ਉਮਰ 33 ਸਾਲ ਹੈ ਉਸ ਨੂੰ 20-5 ਸਾਲ ਅਤੇ 6 ਮਹੀਨਿਆਂ ਦੀ ਸਜ਼ਾ ਸੁناਈ ਗਈ ਹੈ ਇੰਜਮ ਚੌਧਰੀ ਨੇ 2014 ਦੇ ਵਿੱਚ ਆਈਐਸਐਸ ਦੇ ਲੀਡਰ ਅਬੂ ਬਕਰਲ ਬਗਦਾਦੀ ਦੇ ਨਾਲ ਸਾਂਝ ਪਾਈ ਸੀ ਬ੍ਰਿਟਿਸ਼ ਅਧਿਕਾਰੀਆਂ ਨੇ ਕਿਹਾ ਹੈ ਚੌਧਰੀ ਦੇ ਖਿਲਾਫ ਬਹੁਤ ਸਬੂਤ ਮਿਲੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਰਾਕ ਅਤੇ ਸੀਰੀਆ ਦੇ ਵਿੱਚ ਉਸਨੇ ਕਾਫੀ ਨੌਜਵਾਨ ਭੇਜੇ। ਉਹਨਾਂ ਨੇ ਕਿਹਾ ਕਿ 850 ਬ੍ਰਿਟੇਨ ਦੇ ਨਾਗਰਿਕ ਜੋ ਕਿ ਇਰਾਕ ਅਤੇ ਸੀਰੀਆ ਦੇ ਵਿੱਚ ਆਈਐਸ ਇਸ ਵੱਲੋਂ ਲੜਦੇ ਪਾਏ ਗਏ, ਉਹਨਾਂ ਦੇ ਵਿੱਚੋਂ ਪਤਾ ਨਹੀਂ ਐਗਜ਼ੈਕਟਲੀ ਕਿੰਨੇ ਨੰਬਰ ਚੌਧਰੀ ਦੁਆਰਾ ਪ੍ਰਭਾਵਿਤ ਹੋ ਕੇ ਗਏ ਸਨ ਪਰ ਇਸਨੇ ਆਈਐਸ ਇਸ ਦੀ ਰਿਕਰੂਟਮੈਂਟ ਡਰਾਈਵ ਦੇ ਵਿੱਚ ਕਾਫੀ ਮਦਦ ਕੀਤੀ। ਫੌਕਸ ਨਿਊਜ਼ ਨੇ ਆਪਣੇ ਖਿਲਾਫ ਚੱਲ ਰੇ ਇੱਕ ਸੈਕਸ਼ੂਅਲ ਹਰਾਸਮੈਂਟ ਦੇ ਕੇਸ ਨੂੰ 20 ਮਿਲੀਅਨ ਡਾਲਰ ਦੇ ਵਿੱਚ ਸੈਟਲ ਕੀਤਾ ਹੈ ਫੌਕਸ ਦੇ ਸਾਬਕਾ ਐਂਕਰ ਗ੍ਰੈਚਨ ਕਾਲਸਨ ਨੇ ਫੌਕਸ ਦੇ ਨੈਟਵਰਕ ਚੀਫ ਰੌਜ਼ਰ ਏਲਜ਼ ਦੇ ਉੱਤੇ ਜੁਲਾਈ ਦੇ ਵਿੱਚ ਸੈਕਸ਼ੂਅਲ ਹਰਾਸਮੈਂਟ ਦੇ ਇਲਜ਼ਾਮ ਲਾਇਸਨ ਇਸ ਤੋਂ ਬਾਅਦ ਫੌਕਸ ਦੇ ਚੀਫ ਰੌਜ਼ਰ ਏਲਜ਼ ਨੂੰ ਇਸਤਿਫਾ ਵੀ ਦੇਣਾ ਪਿਆ ਸੀ ਦੱਸਿਆ ਜਾ ਰਿਹਾ ਹੈ ਕਿ ਫੌਕਸ ਨੇ ਇਸ ਮਾਮਲੇ ਦੇ ਵਿੱਚ ਦੋ ਹੋਰ ਔਰਤਾਂ ਦੇ ਨਾਲ ਸੈਟਲਮੈਂਟ ਕੀਤੀ ਹੈ ਫੌਕਸ ਨੇ ਲਾਅ ਫਰਮ ਪੌਲ ਵੇਸਵਾਟ ਨੇ ਤੇ ਗੈਰੀਸਨ ਦੇ ਨਾਲ ਮਿਲ ਕੇ ਇਹ ਸੈਟਲਮੈਂਟ ਕੀਤੀਆਂ ਇਹ ਸੈਟਲਮੈਂਟ ਠੀਕ ਉਸ 2 ਮਹੀਨੇ ਤੋਂ ਬਾਅਦ ਵਿੱਚ ਹੋਈਆਂ ਜਦੋਂ ਫੌਕਸ ਦੀ ਪੇਰੈਂਟ ਕੰਪਨੀ 21st ਸੈਂਚਰੀ ਫੌਕਸ ਨੇ ਇਹਨਾਂ ਕੰਪਨੀਆਂਜ਼ ਨੂੰ ਹਾਇਰ ਕੀਤਾ ਸੀ ਜਾਂਚ ਦੇ ਦੌਰਾਨ ਤਕਰੀਬਨ 2 ਦਰਜਨ ਤੋਂ ਵੀ ਜ਼ਿਆਦਾ ਔਰਤਾਂ 'ਨ ਰੋਜ਼ ਰੇਲਜ਼ ਦੇ ਉੱਤੇ ਹਰਾਸਮੈਂਟ ਦੇ ਦੋਸ਼ ਲਾਏ ਸਨ ਇਸ ਤੋਂ ਬਾਅਦ ਦੇ ਵਿੱਚ 21st ਸੈਂਚਰੀ ਫੌਕਸ ਕੰਪਨੀ ਨੇ ਸਾਬਕਾ ਐਂਕਰ ਗ੍ਰੈਚਨ ਕਾਲਸਨ ਤੋਂ ਮਾਫੀ ਵੀ ਮੰਗੀ ਸੀ ਗ੍ਰੈਚਨ ਕਾਲਸਨ ਨੇ ਦੱਸਿਆ ਸੀ ਕਿ ਰੋਜ਼ਰ ਏਲਜ਼ ਨੇ ਉਸਦੇ ਪੌਪੂਲਰ ਸ਼ੋਅ ਨੂੰ ਆਫੇਅਰ ਵੀ ਕੀਤਾ ਅਤੇ ਉਸਦੀ ਤਨਖਾਹ ਦੇ ਵਿੱਚ ਕੱਟ ਵੀ ਲਾਇਆ ਇਸ ਤੋਂ ਬਾਅਦ ਕੰਪਨੀ ਨੇ ਗ੍ਰੈਜਨ ਤੋਂ ਇਸ ਮਾਮਲੇ ਦੇ ਵਿੱਚ ਮਾਫੀ ਮੰਗੀ ਰੋਜ਼ ਰੇਲਜ਼ ਤੇ ਕਾਲਸਨ ਸਮੇਤ ਫੌਕਸ ਦੀ ਸਟਾਰ ਐਂਕਰ ਮੈਗਨ ਕੈਲੀ ਨੇ ਵੀ ਦੋਸ਼ ਲਾਇਆ ਸਨ ਨਾਰਥ ਡੈਕੋਟਾ ਦੇ ਵਿੱਚ ਇੱਕ ਆਇਲ ਪਾਈਪਲਾਈਨ ਕੰਪਨੀ ਨੇ ਆਪਣਾ ਕੰਮ ਸ਼ੁੱਕਰਵਾਰ ਤੱਕ ਰੋਕਣ ਦੇ ਲਈ ਸਹਿਮਤੀ ਬਣਾ ਲਈ ਹੈ। ਨਾਰਥ ਡੈਕੋਟਾ ਦੇ ਇਸ ਇਲਾਕੇ ਦੇ ਵਿੱਚ ਨੇਟਿਵ ਅਮਰੀਕਨ ਦੀ ਇੱਕ ਟ੍ਰਾਈਬ ਨੇ ਕਿਹਾ ਸੀ ਕਿ ਜਿਸ ਇਲਾਕੇ ਦੇ ਵਿੱਚ ਇਹ ਪਾਈਪਲਾਈਨ ਦਾ ਕੰਮ ਚੱਲ ਰਿਹਾ ਹੈ ਉੱਥੇ ਉਹਨਾਂ ਦੇ ਪੁਰਖੇ ਅਨੁ ਦਫਨ ਕੀਤਾ ਗਿਆ ਹੈ ਤੇ ਉਹ ਉਹਨਾਂ ਦੀਆਂ ਪ੍ਰਾਰਥਨਾਵਾਂ ਦੀ ਜਗ੍ਹਾ ਹੈ। ਇਸ ਕੰਸਟਰਕਸ਼ਨ ਸਾਈਟ ਦੇ ਉੱਤੇ ਵੀਕਐਂਡ ਨੂੰ ਪ੍ਰੋਟੈਸਟਰਜ਼ ਅਤੇ ਸਿਕਿਉਰਿਟੀ ਆਫਸਰਜ਼ ਦੇ ਵਿਚਕਾਰ ਹਿੰਸਕ ਝੜਪਾਂ ਵੀ ਹੋਈਆਂ ਸਨ। ਨੇਟਿਵ ਅਮਰੀਕਨ ਕਲਪ ਦੇ ਮੈਂਬਰਸ ਨੇ ਯੂਐਸ ਡਿਸਟ੍ਰਿਕਟ ਕੋਰਟ ਫਾਰ ਡਿਸਟ੍ਰਿਕਟ ਆਫ ਕਲੰਬੀਆ ਨੂੰ ਟੈਂਪਰੇਰੀ ਤੌਰ ਦੇ ਉੱਤੇ ਇਹ ਪਾਈਪਲਾਈਨ ਦਾ ਕੰਮ ਰੋਕਣ ਦੇ ਲਈ ਗੁਹਾਰ ਲਾਈ ਸੀ એનર્ਜੀ ਟ੍ਰਾਂਸਫਰ ਪਾਰਟਨਰਸ ਵਾਲੇ ਗਰੁੱਪ ਦੀ ਫਰਮਸ ਨੇ ਇਹ 1100 ਮੀਲ ਲੰਬੀ ਪਾਈਪਲਾਈਨ ਜਿਸ ਦਾ ਕਿ ਬਜਟ 3.7 ਬਿਲੀਅਨ ਡਾਲਰ ਰੱਖਿਆ ਗਿਆ ਹੈ ਬਣਾਉਣੀ ਸੀ ਜੋ ਕਿ ਕੱਚਾ ਤੇਲ ਬੈਕਨ ਸ਼ੇਲ ਤੋਂ ਲੈ ਕੇ ਯੂਐਸ ਗਲਫ ਕੋਸਟ ਦੀਆਂ ਰਿਫਾਈਨਰੀਜ਼ ਤੱਕ ਪਹੁੰਚਾਏਗੀ ਸ਼ੁਰੂ ਦੇ ਵਿੱਚ ਅੰਦਾਜ਼ਾ ਲਾਇਆ ਗਿਆ ਸੀ ਕਿ ਇਸ ਸਾਲ ਦੇ ਚੌਥੇ ਕੁਆਟਰ ਤੱਕ ਇਹ ਪਾਈਪਲਾਈਨ ਬਣ ਕੇ ਤਿਆਰ ਹੋ ਜਾਵੇਗੀ ਪਰ ਨਾਰਥ ਡੈਕੋਟਾ ਦੇ ਵਿੱਚ ਚੱਲ ਰਹੀ ਪ੍ਰੋਟੈਸਟ ਦੇ ਕਾਰਨ ਇਸ ਦੇ ਵਿੱਚ ਲਗਾਤਾਰ ਡਿਲੇ ਹੋ ਰਿਹਾ ਹੈ ਇਹ ਪ੍ਰੋਟੈਸਟ ਉਦੋਂ ਸ਼ੁਰੂ ਹੋਏ ਜਦੋਂ ਕੰਪਨੀ ਨੇ ਬਲਡੋਜ਼ਰਜ਼ ਦੇ ਨਾਲ ਇਹਨਾਂ ਟ੍ਰਾਈਬਲ ਸਾਈਟਾਂ ਇਟਸ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੋਰਟ ਦੇ ਵਿੱਚ ਇਹ ਪ੍ਰੂਫ ਵੀ ਸ਼ੁੱਕਰਵਾਰ ਨੂੰ ਹੋ ਗਿਆ ਹਾਲਾਂਕਿ ਕੰਪਨੀ ਨੇ ਇਹ ਤਰਕ ਹਦ ਤੱਕ ਕਿ ਇਹ ਬਲਡੋਜ਼ਰਜ਼ ਕੰਪਨੀ ਦੇ ਕੰਸਟਰਕਸ਼ਨ ਸਕੇਡਿਊਲ ਦੇ ਅੰਦਰ ਚੱਲ ਰਹੇ ਹਨ ਅਤੇ ਇਹਨਾਂ ਨੇ ਕਿਸੇ ਵੀ ਇਤਿਹਾਸਿਕ ਸਾਈਟ ਨੂੰ ਨੁਕਸਾਨ ਨਹੀਂ ਪਹੁੰਚਾਇਆ ਡੋਨਲਡ 트ੰਪ ਦੀ ਕੈਂਪੇਨ ਨੇ ਅੱਜ ਇੱਕ ਚਿੱਠੀ ਰਿਲੀਜ਼ ਕੀਤੀ ਹੈ ਜਿਸ ਦੇ ਵਿੱਚ 88 ਸਾਬਕਾ ਮਿਲਟਰੀ ਲੀਡਰਜ਼ ਨੇ ਡੋਨਲਡ 트ੰਪ ਨੂੰ 2016 ਦੇ ਵਿੱਚ ਰਾਸ਼ਟਰਪਤੀ ਦੇ ਲਈ ਆਪਣੀ ਸਪੋਰਟ ਦਿੱਤੀ ਹੈ। ਇਸ ਦੇ ਵਿੱਚ 4 4-ਸਟਾਰ ਜਨਰਲ, 14 3-ਸਟਾਰ ਜਨਰਲ ਅਤੇ ਹੋਰ ਵੀ ਕਈ ਮਿਲਟਰੀ ਲੀਡਰ ਸਨ। ਇਹ ਗਰੁੱਪ ਜੋ ਕਿ ਮੇਜਰ ਜਨਰਲ ਸਿਡਨੀ ਸ਼ੈਕਨੌਵ ਵੱਲੋਂ ਬਣਾਇਆ ਗਿਆ ਸੀ ਉਸਨੇ ਡੋਨਲਡ 트ੰਪ ਦੇ ਕੈਂਪੇਨ ਦੀ ਕਾਫੀ ਤਾਰੀਫ਼ ਕੀਤੀ ਸੀ। ਉਹਨਾਂ ਨੇ ਆਪਣੀ ਇਸ ਚਿੱਠੀ ਦੇ ਵਿੱਚ ਲਿਖਿਆ ਕਿਉਂ ਮੰਨਦੇ ਹਨ ਕਿ ਅਮਰੀਕਾ ਨੂੰ ਜੋ ਵੀ ਖਤਰਾ ਹੈ ਅਤੇ ਦੁਨੀਆ ਦੇ ਵਿੱਚ ਜੋ ਵੀ ਖਤਰੇ ਪੈਦਾ ਹੋ ਰਹੇ ਹਨ ਉਹਨਾਂ ਨੂੰ ਡੋਨਲਡ 트੍ਰੰਪ ਚੰਗੀ ਤਰ੍ਹਾਂ ਸਾਹਮਣਾ ਕਰ ਸਕਦੇ ਹਨ ਅਤੇ ਇਸ ਦੇ ਲਈ ਉਹ 2016 ਦੇ ਵਿੱਚ ਰਾਸ਼ਟਰਪਤੀ ਦੇ ਲਈ ਡੋਨਲਡ 트੍ਰੰਪ ਦਾ ਸਮਰਥਨ ਕਰਦੇ ਹਨ ਇਹਨਾਂ ਫਾਰਮਰ ਯੂਐਸ ਮਿਲਟਰੀ ਲੀਡਰਸ ਨੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰਸ਼ਾਸਨ ਦੀ ਵੀ ਜਮ ਕੇ ਆਲੋਚਨਾ ਕੀਤੀ ਉਹਨਾਂ ਨੇ ਕਿਹਾ ਕਿ ਨੈਸ਼ਨਲ ਸਿਕਿਉਰਿਟੀ ਅਤੇ ਫੋਰਨ ਪੋਲਿਸੀ ਦੇ ਉੱਤੇ ਰਾਸ਼ਟਰਪਤੀ ਬਰਾਕ ਓਬਾਮਾ ਦਾ ਪ੍ਰਸ਼ਾਸਨ ਦੁਸ਼ਮਨਾਂ ਨੂੰ ਤਾਕਤਵਰ ਕਰਦਾ ਗਿਆ ਤੇ ਯੂਐਸ ਮਿਲਟਰੀ ਨੂੰ ਕਮਜ਼ੋਰ ਕਰਦਾ ਗਿਆ ਹਾਲਾਂਕਿ ਦੇਖਣ ਵਾਲਾ ਹੋਵੇਗਾ ਕਿ ਇਹਨਾਂ ਦੀ ਸਪੋਰਟ ਦੇ ਨਾਲ ਡੋਨਲਡ 트ੰਪ ਦੀ VOTING ਦੇ ਵਿੱਚ ਕਿੰਨਾ ਕੁ ਫਰਕ ਪੈਂਦਾ ਹੈ ਕਿਉਂਕਿ 2008 ਦੇ ਵਿੱਚ ਸੈਨੇਟਰ ਜੌਨ ਮਕੇਨ ਜਦੋਂ ਰਾਸ਼ਟਰਪਤੀ ਦੇ ਉਮੀਦਵਾਰ ਸਨ ਤਾਂ 300 ਜਨਰਲਸ ਨੇ ਆਪਣੀ ਸਪੋਰਟ ਦੇ ਲਈ ਲੈਟਰ ਲਿਖੀ ਸੀ ਹੈਲਰਿਕ ਲਿੰਟਨ ਦੇ ਕੈਂਪੇਨ ਵੱਲੋਂ ਹਜੇ ਤੱਕ ਕਿਸੇ ਵੀ ਸੀਨੀਅਰ ਆਫਸਰਸ ਦੇ ਨਾਮ ਰਿਲੀਜ਼ ਨਹੀਂ ਕੀਤੇ ਗਏ ਹਨ ਜੋ ਕਿ ਉਹਨਾਂ ਦਾ ਸਮਰਥਨ ਕਰ ਰਹੇ ਹਨ ਇੱਕ ਮੈਟਰੋ ਲਿੰਕ ਟ੍ਰੇਨ ਆਪਣੇ ਟਰੈਕਸ ਦੇ ਵਿੱਚ ਸਾਹਮਣੇ ਆਏ ਇੱਕ ਵਾਹਨ ਦੇ ਵਿੱਚ ਜਾ ਟਕਰਾਈ ਜਿਸ ਦੇ ਕਾਰਨ 20 ਲੋਕਾਂ ਨੂੰ ਸੱਟਾਂ ਵੱਜੀਆਂ ਹਨ ਇਹ ਟ੍ਰੇਨ ਇੱਕ ਟਰੈਕਟਰ ਟ੍ਰੇਲਰ ਟਰੱਕ ਦੇ ਪਿਛਲੇ ਹਿੱਸੇ ਦੇ ਵਿੱਚ ਜਾ ਕੇ ਟਕਰਾਈ ਲਾਸ ਐਂਜਲਸ ਫਾਇਰ ਡਿਪਾਰਟਮੈਂਟ ਦੇ ਅਨਸਾਰ ਇਹ ਹਾਸਾ ਸੈਨ ਫਰਨੈਂਡੋ ਰੋਡ ਸਨ ਵੈਲੀ ਦੇ ਵਿੱਚ ਤਕਰੀਬਨ 11:30 ਵਜੇ ਹੋਇਆ ਲਾਸ ਐਂਜਲਸ ਟ੍ਰੇਨ ਏਜੰਸੀ ਨੇ ਦੱਸਿਆ ਕਿ ਇਸ ਤੋਂ ਬਾਅਦ 1 ਘੰਟੇ ਦੀ ਦੇਰੀ ਦੇ ਉੱਤੇ ਇਹ ਟ੍ਰੇਨ ਦੁਬਾਰਾ ਆਪਣੇ ਰੂਟ ਦੇ ਉੱਤੇ ਚਲੀ ਗਈ ਲਾਫਡੀ ਨੇ ਦੱਸਿਆ ਕੇ 21 ਲੋਕਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਸੀ ਅਤੇ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਕੋਈ ਸੀਰੀਅਸ ਇੰਜਰੀ ਨਹੀਂ ਆਈ ਸੀ। ਹਾਦਸੇ ਤੋਂ ਬਾਅਦ ਮੌਕੇ ਦੇ ਉੱਤੇ 75 ਤੋਂ ਜ਼ਿਆਦਾ ਫਾਇਰਫਾਈਟਰਜ਼ ਅਤੇ 13 ਐਮੂਲੈਂਸ ਉੱਥੇ ਪਹੁੰਚੀਆਂ ਅਤੇ ਕ੍ਰੈਸ਼ ਸਾਈਟ ਦੇ ਉੱਤੇ ਜ਼ਖਮੀ ਲੋਕਾਂ ਦੀ ਮਦਦ ਕੀਤੀ। ਉਸ ਸਮੇਂ ਟ੍ਰੇਨ ਦੇ ਵਿੱਚ 187 ਲੋਕ ਸਵਾਰ ਸਨ। ਇਸਨ ਅੱਜ ਦੀਆਂ ਕੁਝ ਖਾਸ ਖਬਰਾਂ ਹੁਣ ਵਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ ਬੁੱਧਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 88 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 60 ਡਿਗਰੀ ਸੈਨ ਫਰਾਂਸਿਸਕੋ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ ਸੈਕਰਮੈਂਟੋ ਦੇ ਵਿੱਚ 97 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ ਯੂਬਾ ਸਿਟੀ ਦੇ ਵਿੱਚ 97 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ ਸਟਾਕਟਨ ਦੇ ਵਿੱਚ 98 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ ਟ੍ਰੇਸੀ ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 63 ਡਿਗਰੀ ਲੋ ਮੋਡੇਸਟੋ ਦੇ ਵਿੱਚ 98 ਡਿਗਰੀ ਹਾਈ ਅਤੇ ਰਾਤ ਨੂੰ 6 ਲੋ ਫਰੇਜ਼ਨੋ ਦੇ ਵਿੱਚ 98 ਡਿਗਰੀ ਹੈ ਜੇ ਤੇ ਰਾਤ ਨੂੰ 64 ਡਿਗਰੀ ਲੋ ਬੇਕਰਫੀਲਡ ਦੇ ਵਿੱਚ 100 ਡਿਗਰੀ ਹੈ ਜੇ ਤੇ ਰਾਤ ਨੂੰ 70 ਡਿਗਰੀ ਲੋ ਲਾਸ ਐਂਜਲਸ ਦੇ ਵਿੱਚ 91 ਡਿਗਰੀ ਹੈ ਜੇ ਤੇ ਰਾਤ ਨੂੰ 68 ਡਿਗਰੀ ਲੋ ਟਰੱਕੀ ਦੇ ਵਿੱਚ 91 ਡਿਗਰੀ ਹੈ ਜੇ ਤੇ ਰਾਤ ਨੂੰ 37 ਡਿਗਰੀ ਲੋ ਸਾਊਥ ਲੇਕ ਟਾਹੋ ਦੇ ਵਿੱਚ 91 ਡਿਗਰੀ ਹੈ ਜੇ ਤੇ ਰਾਤ ਨੂੰ 38 ਡਿਗਰੀ ਲੋ ਪੋਰਟਲੈਂਡ ਓਰੇਗਨ ਦੇ ਵਿੱਚ 73 ਡਿਗਰੀ ਹੈ ਜੇ ਤੇ ਰਾਤ ਨੂੰ 55 ਡਿਗਰੀ ਲੋ ਸੈਟਲ ਦੇ ਵਿੱਚ 67 ਡਿਗਰੀ ਹੈ ਜੇ ਤੇ ਰਾਤ ਨੂੰ 56 ਡਿਗਰੀ ਲੋ ਇਥੇ ਦਿਨ ਦੇ ਸਮੇਂ ਮੀਂਹ ਪੈਣ ਦੇ ਚਾਂਸ ਹਨ ਫਲੈਗਸਟਾਫ ਹੈਰੀਜ਼ੋਨਾ ਦੇ ਵਿੱਚ ਲੋ ਸੌਲਟ ਰਿਕਸਿਟੀ ਯੂਟਾ ਦੇ ਵਿੱਚ 85 ਡਿਗਰੀ ਹੈਈ ਅਤੇ ਰਾਤ ਨੂੰ 59 ਡਿਗਰੀ ਲੋ ਸ਼ਿਕਾਗੋ ਦੇ ਵਿੱਚ 99 ਡਿਗਰੀ ਹੈਈ ਅਤੇ ਰਾਤ ਨੂੰ 74 ਡਿਗਰੀ ਲੋ ਨਿਊਯਾਰਕ ਦੇ ਵਿੱਚ 88 ਡਿਗਰੀ ਹੈਈ ਅਤੇ ਰਾਤ ਨੂੰ 73 ਡਿਗਰੀ ਲੋ ਕੈਨੇਡਾ ਟੋਰਾਂਟੋ ਦੇ ਵਿੱਚ 29 ਡਿਗਰੀ ਸੈਲਸੀਅਸ ਹੈਈ ਅਤੇ ਰਾਤ ਨੂੰ 22 ਡਿਗਰੀ ਸੈਲਸੀਅਸ ਲੋ ਵਿਨੀਪੈਗ ਦੇ ਵਿੱਚ 11 ਡਿਗਰੀ ਸੈਲਸੀਅਸ ਹੈਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ ਕੈਲਗਰੀ ਦੇ ਵਿੱਚ 18 ਡਿਗਰੀ ਸੈਲਸੀਅਸ ਹੈਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ ਅਤੇ ਵੈਨਕੂਵਰ ਦੇ ਵਿੱਚ 17 ਡਿਗਰੀ ਸੈਲਸੀਅਸ ਹੈਈ ਅਤੇ ਰਾਤ ਨੂੰ 12 ਡਿਗਰੀ ਸਿਸਾਏ ਤੇ ਰਾਤ ਨੂੰ 26 ਡਿਗਰੀ ਸੈਲਸੀਅਸ ਲੋ ਮੈਲਬਨ ਆਸਟ੍ਰੇਲੀਆ ਦੇ ਵਿੱਚ 21 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ ਇਥੇ ਦੁਪਹਿਰ ਬਾਅਦ ਮੀਂਹ ਪੈ ਸਕਦਾ ਹੈ ਲੰਡਨ ਦੇ ਵਿੱਚ 27 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 16 ਡਿਗਰੀ ਸੈਲਸੀਅਸ ਲੋ ਬਰਲਿਨ ਜਰਮਨੀ ਦੇ ਵਿੱਚ 26 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ ਅਤੇ ਫਰਾਂਸ ਪੈਰਿਸ ਦੇ ਵਿੱਚ 28 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ ਰਹੇਗਾ ਜੀ ਏਸੀਜੀ ਮੌਸਮ ਦੀ ਜਾਣਕਾਰੀ ਹੁਣ ਵਧਦੇ ਹਾਂ ਜੀ ਸਟਾਕ ਮਾਰਕੀਟ ਦੀ ਇਨਫੋਰਮ 18538.12 ਤੇ ਬੰਦ ਹੋਇਆ ਨੈਸਡੈਕ ਦੇ 26 ਅੰਕ ਵਧ ਕੇ 5275.91 ਤੇ ਬੰਦ ਹੋਇਆ ਐਸ ਐਂਡ ਪੀ 6 ਅੰਕ ਵਧ ਕੇ 2186.48 ਤੇ ਬੰਦ ਹੋਇਆ ਅਤੇ ਵੈਲ ਸ਼ੈਰ 537 ਅੰਕ ਵਧ ਕੇ 22723.98 ਤੇ ਬੰਦ ਹੋਇਆ ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਅਲੀ ਬਾਬਾ ਗਰੁੱਪ ਹੋਲਡਿੰਗ ਲਿਮਟਿਡ ਦਾ ਰਿਹਾ ਜਿਸ ਦੀ ਕੀਮਤ 103.75 ਰਹੀ ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ ਯੂ ਐਸ ਡਾਲਰ ਦੀ ਕੀਮਤਰੀ 68.27 ਪੈਸੇ ਇੱਕ ਕੈਨੇਡੀਅਨ USD $1 ਦੀ ਕੀਮਤਰੀ 51 ਰੁਪਏ 56 ਪੈਸੇ, ਬ੍ਰਿਟਿਸ਼ ਪਾਉਂਡ ਦੀ ਕੀਮਤਰੀ 88 ਰੁਪਏ 97 ਪੈਸੇ, ਇੱਕ ਯੂਰੋ ਦੀ ਕੀਮਤਰੀ 74 ਰੁਪਏ 52 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤਰੀ 50 ਰੁਪਏ 87 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤਰੀ 94 ਰੁਪਏ 10 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤਰੀ 94 ਰੁਪਏ 18 ਪੈਸੇ, ਇੱਕ ਬਹਿਰਿਨੀ ਦਿਨਾਰ ਦੀ ਕੀਮਤਰੀ 175 ਰੁਪਏ 76 ਪੈਸੇ ਅਤੇ ਇੱਕ ਕੁਵੈਤੀ ਦਿਨਾਰ ਦੀ ਕੀਮਤਰੀ 219 ਰੁਪਏ 68 ਪੈਸੇ। ਸੋਨੇ ਦਾ ਰੇਟ 1347 ਡਾਲਰ 68 ਸੈਂਟ ਪ੍ਰਾਊਨਸ ਰ ਸੈਂਟਰ ਪਰ ਆਉਂਸ ਰਹੀ ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਇਜਾਜ਼ਤ ਦਿਓ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 27252100 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabireadiousa.com ਤੇ ਇੱਕ ਵਾਰੀ ਫੇਰ ਸਾਰੀ ਸਪਾਂਸਰਜ਼ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸੁਣਦੇ ਰਹੋ ਜੀ ਪੰਜਾਬੀ USA